ਇਹ ਸਪਿਨਰ 5 ਸੈਂਟੀਮੀਟਰ ਸਟਿਫ ਕਾਰਡ ਦਾ ਬਣਿਆ ਹੈ। ਤੁਸੀਂ ਕਾਰਡ ਦੇ ਛੱਪੇ ਡਿਜ਼ਾਈਨ ਵੇਖ ਸਕਦੇ ਹੋ। ਤੁਸੀਂ ਇਸ ਨੂੰ ਖੂਬਸੂਰਤ ਰੰਗਾਂ ਨਾਲ ਰੰਗੋ, ਇੱਕਦਮ ਸਿਮੈਟ੍ਰਿਕ ਰੰਗੀਏ। ਹੁਣ ਬਲੇਡ ਬਣਾਉਣ ਲਈ 4 ਕੱਟ ਲਗਾਓ ਅਤੇ ਇਹ ਕੱਟ ਸਿਮੈਟ੍ਰਿਕ ਹੋਣੇ ਚਾਹੀਦੇ ਹਨ। कटे हुए हिस्सों नूं 90 डिग्री दे उपर रख दवो तां कि यह फिरकी दे ब्लेड बन जाण। इन्हां नाल हवा टकराएगी ते गोल गोल घूमणगे। हुण अद्धा मोती लवो जिसका एक हिस्सा कनवैक्स अते दूसरा हिस्सा फ्लैट हुंदा है। इस नूं पिछले हिस्से ते चिपका दवो ਤਾਂ ਕਿ ਫਿਰਕੀ ਦਾ ਪਾਈਵਟ ਜੋ ਕਿ ਉਸਦਾ ਧੁਰਾ ਬਣ ਜਾਵੇਗਾ। ਫਿਰਕੀ ਪਾਈਵਟ 'ਤੇ ਘੁੰਮੇਗੀ। ਬਹੁਤ ਸਾਰੀ ਰੰਗ ਬਿਰੰਗੀਆਂ ਫਿਰਕੀਆਂ ਬਣਾਓ ਅਤੇ ਮੇਜ਼ 'ਤੇ ਰੱਖੋ ਅਤੇ ਹਵਾ ਫੂਕੋ ਅਤੇ ਫਿਰਕੀ ਦੇ ਘੁੰਮਣ ਦਾ ਆਨੰਦ ਲਵੋ।